लवी मैच बहुत ही बढ़िया मैच हुआ सेमीफाइनल सेमीफाइनल मैच एक पासे क्वेंटी बर्मिंघम ते दूजे पासे ईथ बुलेट ते साउथहॉल ते साडे नाल लैंदे पंजाब तो दोनों प्लेयर ने भाई जी की नाम थोड़ा बिलाल कमांडो बिलाल कमांडो सिरा करता है बैया बैया करवाई है बहुत बढ़िया गेम तुसी खेडी है ते हुण तुसी आ गए मोरे फाइनल दे विच की प्लानिंग उहदे उहदे जा रेडिंग रेड लाइन तुहाडी बहुत वधिया जाफ लाइन जिहड़ी आ ਉਹ ਬਹੁਤ ਕਾਹਲੀ ਕਰਦੀ ਆ ਉਹਨਾਂ ਨੂੰ ਕੀ ਕਰੋਗੇ ਹੁਣ ਕੋਈ ਨਹੀਂ ਇਨਸ਼ਾਅੱਲਾ ਮੈਨੇਜਮੈਂਟ ਕਰਕੇ ਖੇਡਾਂਗੇ ਇਨਸ਼ਾਅੱਲਾ ਅੱਲਾ ਖੈਰ ਕਰੇ ਤਗੜੇ ਹੋ ਕੇ ਖੇਡਾਂਗੇ ਇਨਸ਼ਾਅੱਲਾ ਸਲਾਹ ਨਾਲ ਰੇਡਾਂ ਪਾਈਆਂ ਇਸ ਮੈਚ ਪਤਾ ਨਹੀਂ ਕਿਹੜੀਆਂ ਨੇ ਦੂਸਰ ਵੀ ਪਾਉਂਦਾ ਰਿਆਂ ਵਿੱਚ ਬਥੇਰੀਆਂ ਕਬੱਡੀਆਂ ਪਾਤੀਆਂ ਕਿੰਨੀ ਉਮਰ ਆ ਤੁਹਾਡੀ 21 ਸਾਲ ਹੈ ਕਿੰਨੇ ਸਾਲ ਹੋ ਗਏ ਕਬੱਡੀ ਖੇਲਦੇ ਆ ਮੈਂ ਹੋ ਗਏ ਜੀ 9 ਸਾਲ 9-10 ਸਾਲ ਹੋ ਗਏ ਇਹਦਾ ਮਤਲਬ 12-13 ਸਾਲ ਦੀ ਉਮਰ ਚ ਹਾਂਜੀ 12-13 ਸਾਲ ਦੀ ਉਮਰ ਤੇ ਖਰਾਬ ਕੀ ਆ ਪਹਿਲੀ ਜਿਹੜੀ ਆ ਇਸ ਵਾਰ ਪਹਿਲੀ ਵਾਰ ਆ ਇੰਗਲੈਂਡ ਚ ਹਾਂਜੀ ਇੰਗਲੈਂਡ ਚ ਪਹਿਲੀ ਵਾਰ ਆ ਖੁਸ਼ ਹੈ ਹਾਂਜੀ ਬਿਲਕੁਲ ਖੁਸ਼ ਹੈ ਪੱਗ ਵਾਗ ਆ ਕੇ ਹਾਂਜੀ ਤੇ ਮਜ਼ਾ ਆਉਂਦਾ ਜਦੋਂ ਬਈ ਚੜਦੇ ਪੰਜਾਬ ਦੇ ਤੇ ਲੈਂਦੇ ਪੰਜਾਬ ਦੇ ਇਕੱਠੇ ਪਲੇਅਰ ਖੇਡਦੇ ਨੇ ਕੋਈ ਹੋਰ ਪੰਜਾਬੀ ਜਿਹੜੇ ਤੁਹਾਡੇ ਪਾਕਿਸਤਾਨ ਚ ਵੀ ਆਈਟਮ ਲਾਈਵ ਦੇਖ ਰਹੇ ਨੇ ਆਪਣੇ ਲੈਂਦੇ ਪੰਜਾਬ ਚ ਵੀ ਕੋਈ ਸੁਨੇਹਾ ਉਹਨਾਂ ਨੂੰ ਬਹੁਤ ਪੰਜਾਬੀ ਸਾਂਝੇ ਆ ਜੀ ਪੰਜਾਬੀ ਇੱਕੋ ਜਿਹੀ ਆ ਸਾਰੇ ਆਪਣੇ ਭਰਾ ਆ ਸਾਰੇ ਬਿਲਕੁਲ ਬਹੁਤ ਆਨੰਦ ਮਾਣਨ ਦੀ ਦੁਨੀਆ ਚਾਸ ਹੋਣ ਦੀ ਪੂਰੀ ਐਵੇਂ ਬਸ ਹਾਂਜੀ ਕਮੈਂਟਾਂ ਦੇ ਵਿੱਚ ਬਲਾਲ ਕਮਾਂਡੋ ਦਾ ਦੋਨੇ ਪੰਜਾਬਾਂ ਤੋਂ ਸਭ ਤੋਂ ਜ਼ਿਆਦਾ ਕਮੈਂਟ ਯੂਟਿਊਬ ਉੱਤੇ ਬਾਈ ਦੇ ਨਾਂ ਦੇ ਆ ਰਹੇ ਦਵਾਵਾਂ ਜੀ ਫੈਨ ਜਿਹੜੇ ਆ ਦੁਆ ਕਰਦਿਆ ਕਰਨ ਫੈਨ ਜਿੰਨੇ ਵੀ ਆ ਦੁਆ ਕਰਦਿਆ ਕਰਨ ਬਾਕੀ ਉਸਤਾਦ ਵੀ ਦੁਆ ਕਰਨ ਡੇ ਆ ਤੇ ਗੱਲ ਆ ਵੀ ਜਿਹੜਾ ਕੱਪ ਫਾਈਨਲ ਹੈ ਨਾ ਹਾਂਜੀ ਹੁਣ ਕਲੱਬ ਵਾਲੇ ਕਹਿੰਦੇ ਆ ਵੀ ਜਿਹੜਾ ਅੱਜ ਕੱਪ ਲੈ ਕੇ ਜਾਣਾ ਤੇ ਕੀ ਇਨਸ਼ਾਅੱਲਾ ਜ਼ੋਰ ਪੂਰਾ ਮਾਰਾਂਗੇ ਬਾਕੀ ਜੋ ਅੱਲਾ ਨੂੰ ਮਨਜ਼ੂਰ ਹੋਣਾ ਹੋਈ ਆ ਜੀ ਬਾਕੀ ਜ਼ੋਰ ਪੂਰਾ ਮਾਰਾਂਗੇ ਅੱਲਾ ਤੋਂ ਗੁਣਾ ਇਨਸ਼ਾਅੱਲਾ ਬਾਜੀ ਕੀ ਨਾਮ ਤੁਹਾਡਾ ਰਾਣਾ ਹੈਦਰ ਰਾਣਾ ਹੈਦਰ ਤੁਹਾਡੇ ਚ ਮੈਂ ਜਿਹੜੀ ਤੁਹਾਡੀ ਗੇਮ ਦੇਖੀ ਆ ਅਸੀਂ ਲਾਲੇ ਅਬਦੁੱਲੇ ਨੂੰ ਖੇਲਦਿਆਂ ਦੇਖਿਆ ਜੀ ਜੀ ਜੇ ਤੁਹਾਡੀ ਗੇਮ ਦੇਖੀ ਜਾਂਦੀ ਤਾਂ ਤੁਹਾਡਾ ਤਕਰੀਬਨ ਸਟਾਈਲ ਜਿਹੜਾ ਉਹ ਲਾਲੇ ਅਬਦੁੱਲੇ ਵਾਲਾ ਜੀ ਜੀ ਉਹਨੂੰ ਫੋਲੋ ਕੀਤਾ ਜਾਂ ਇਹ ਵਾਕਿਆ ਹੀ ਤੁਹਾਡਾ ਜਾਂ ਐਵੇਂ ਹੀ ਬਣ ਗਿਆ ਇਹ ਨਹੀਂ ਜੀ ਆਪਣਾ ਸ਼ੁਰੂ ਤੋਂ ਹੀ ਜਦੋਂ ਕਬੱਡੀ ਸਟਾਰਟ ਕੀਤੀ ਕਿ ਭਾਈ ਭਾਜੀ ਲਾਲਾ ਬੈਦੁੱਲਾ ਉਹਨਾਂ ਨੂੰ ਵੇਖਿਆ ਉਹਨਾਂ ਦੇ ਫੈਨ ਵੀ ਆ ਅਸੀਂ ਤੇ ਬਾਕੀ ਹੋਰ ਵੀ ਪਲੇਅਰ ਬਹੁਤ ਅੱਛੇ ਨੇ ਉਹਨਾਂ ਦੇ ਵੀ ਫੈਨ ਆ ਬਹਰਹਾਲ ਨਾ ਸ਼ੁਰੂ ਤੋਂ ਇੱਕ ਭਾਜੀ ਬੈਦੁੱਲਾ ਨੂੰ ਦੇਖਿਆ ਤੇ ਕੋਸ਼ਿਸ਼ ਕਰੀ ਦੀ ਥੋੜੇ ਉਦਾਂ ਦਾ ਸਟਾਈਲ ਵੀ ਮਾਰੀਏ ਨਹੀਂ ਮੈਂ ਵੈਸੇ ਮੈਨੂੰ ਪਤਾ ਨਹੀਂ ਸੀ ਤੁਹਾਡਾ ਨਾਂ ਕੀ ਹੈ ਜੀ ਜੀ ਮੈਂ ਉਹਨੂੰ ਕਮੈਂਟਰੀ ਤੋਂ ਭਾਜੀ ਜੀਤੇ ਨੂੰ ਪੁੱਛਿਆ ਵੀ ਮੈਂ ਕਿਹਾ ਨਾਂ ਕੀ ਇਹਦਾ ਤੇ ਮੈਂ ਨੋਟਸ ਕੀਤਾ ਅੱਜ ਵੀ ਜਿੰਨੇ ਤਕਰੀਬਨ ਜਦੋਂ ਤੁਸੀਂ ਟੱਚ ਮਾਰਦੇ ਹੋ ਟੱਚ ਮਾਰ ਕੇ ਜਿਹੜਾ ਮੁੜ ਕੇ ਘੇਰੀ ਬਣਾ ਕੇ ਬਾਹਰ ਨਿਕਲਣਾ ਉਹ ਲਾਲੇ ਬਦੁੱਲੇ ਵਾਲੀ ਅਸੀਂ ਉਹਨੂੰ 2012 ਤੋਂ ਖੇਡਦੇ ਆ ਦੇਖਿਆ ਤੇ ਕਿੰਨਾ ਸਮਾਂ ਤੁਹਾਨੂੰ ਹੋ ਗਿਆ ਕਬੱਡੀ ਮੈਨੂੰ ਤਕਰੀਬਨ ਜੀ 7-8 ਸਾਲ ਹੋ ਚੱਲੇ 2015-16 ਦੇ ਸ਼ੁਰੂ ਚ 16 ਦੇ ਸ਼ੁਰੂ ਚ ਤਕਰੀਬਨ ਸਟਾਰਟ ਕੀਤੀ ਕਬੱਡੀ ਪਹਿਲਾ ਸੀਜ਼ਨ ਬਾਹਰ ਹਾਂਜੀ ਪਹਿਲਾ ਸੀਜ਼ਨ ਹੈ ਭਾਈ ਇਹ ਗੱਲ ਜਿਵੇਂ ਬਾਈ ਨੇ ਪਹਿਲਾਂ ਦੱਸੀ ਆ ਵੀ ਇਹ ਗੱਲ ਜਿਹੜੇ ਚੜ੍ਹਦੇ ਪੰਜਾਬ ਵਾਲੇ ਬੰਦੇ ਨੇ ਜੀ ਜੀ ਉਹ ਜਦੋਂ ਤੁਸੀਂ ਨੰਬਰ ਲੈ ਕੇ ਆਉਨੇ ਹੋ ਕਮੈਂਟਾਂ ਦੇ ਵਿੱਚ ਤੁਹਾਡਾ ਦੋਨਾਂ ਦਾ ਹੀ ਨਾਂ ਜਿਹੜਾ ਬਾਈ ਦੱਸਦਾ ਕਿ ਬਹੁਤ ਲੋਕ ਪਿਆਰ ਕਰਦੇ ਨੇ ਕੀ ਕਹਿਣਾ ਬਾਜੀ ਇਦਾਂ ਹੀ ਆ ਉਹਨਾਂ ਨੂੰ ਇਹੀ ਆ ਕਿ ਆਪਣਾ ਇਦਾਂ ਹੀ ਪਿਆਰ ਮੁਹੱਬਤ ਦਿੰਦੇ ਰਹਿਣ ਅਸੀਂ ਹੋਰ ਤਗੜਾ ਖੇਡਾਂਗੇ ਤੇ ਬਸ ਇਹੀ ਆ ਕਿ ਸਾਡੇ ਲਈ ਦੁਆ ਕਰਦੇ ਰਹਿਣ ਤੇ ਪਿੰਡ ਕਿਹੜਾ ਉੱਥੇ ਤੁਹਾਡਾ ਜੀ ਮੇਰਾ ਪਿੰਡ ਹੈਗਾ ਜੀ 295 ਪਪੂਰਾ ਤੇ ਮੇਰਾ ਉਸਤਾਦ ਦਾ ਨਾਮ ਹੈਗਾ ਵਾ ਕਾਸ਼ਫ ਸੰਧੂ ਸੰਧੂ ਆ ਹਾਂਜੀ ਕਾਸ਼ਫ ਸੰਧੂ ਮੇਰਾ ਉਸਤਾਦ ਦਾ ਨਾਮ ਜੀ ਸੱਤਾ ਮਠਾਡਾ ਜੀ ਹੋਰ ਕੋਈ ਮੈਸੇਜ ਹੁਣ ਅੱਗੇ ਮੋਰੇ ਹੁਣ ਪ੍ਰਧਾਨ ਹੁਣਾਂ ਦੀ ਟੀਮ ਦੇ ਨਾਲ ਗ੍ਰੇਡ ਐਂਡਰਾ ਮੈਚ ਆ ਕੀ ਪਲੈਨਿੰਗ ਕਰੋਗੇ ਬਾਜੀ ਪਲੈਨਿੰਗ ਤੇ ਆਪਣੀ ਇਹੀ ਆ ਕਿ ਆਪਣਾ ਮੈਚ ਬਹੁਤ ਟਫ ਹੋਏਗਾ ਬਾਕੀ ਇਹ ਜਿਹਨੂੰ ਅੱਲਾ ਦੇਵੇ ਆਪਣੀ ਪੂਰੀ ਕੋਸ਼ਿਸ਼ ਕਰਾਂਗੇ ਜਿੱਤਣ ਲਈ ਬਾਕੀ ਜੋ ਰੱਬ ਨੂੰ ਮਨਜ਼ੂਰ ਹੋਣਾ ਵਾ ਕਿਉਂਕਿ ਉਹ ਵੀ ਟੀਮ ਟਫ ਆ ਠੀਕ ਆ ਨਾ ਕੋਈ ਪਤਾ ਨਹੀਂ ਕੀ ਬਣਨਾ ਦੋਵਾਂ ਟੀਮਾਂ ਦਾ ਮੈਂ ਜੀ ਬਿਲਾਲ ਕਮਾਂਡੋ ਜੀ ਤੁਹਾਡਾ ਪਿੰਡ ਕਿਹੜਾ ਪਿੰਡ ਹੈਗਾ ਜੀ ਮੇਰਾ ਕਾਲਾ 75 ਜੀ ਕਾਲਾ 75 ਪਿੰਡ ਵਾਲੇ ਦਾ ਪੂਰਾ ਮਾਣ ਕਰਦੇ ਹਾਂਜੀ ਹਾਂਜੀ ਮਾਣ ਪਿੰਡ ਵਾਲੇ ਪੂਰਾ ਕਰਨ ਡੇ ਜੀ ਬਾਕੀ ਉਸਤਾਦ ਮੇਰੇ ਹੈਗੇ ਆ ਮਾਸਟਰ ਰਿਹਾਜ ਤੇ ਬਾਬਾ ਜਵੇਦ ਤੇ ਪਿੰਡ ਕਾਲਾ 75 ਆ ਬਹੁਤ ਮੁੰਡੇ ਮਾਸ਼ਾਅੱਲਾ ਸਾਡੇ ਕਲੱਬ ਦੇ ਖੇਡਦੇ ਆ ਤੇ ਸਾਡੇ ਜਿਹੜੇ ਪਿੰਡ ਦੀ ਬਹੁਤ ਸਪੋਰਟ ਆ ਸਾਨੂੰ ਹਾਂਜੀ ਸਾਨੂੰ ਪਿੰਡ ਦੀ ਬਹੁਤ ਸਪੋਰਟ ਆ ਜੀ ਤੇ ਬਾਈ ਜੀ ਪਰਿਵਾਰ 'ਚ ਕੌਣ ਕੌਣ ਪਰਿਵਾਰ 'ਚ ਅਲਹਮਦੁਲਿਲਾ 6 ਭਾਈ ਆ ਅਸੀਂ ਤੇ ਵਾਲਦਾ ਵਾਲਦ ਸਾਹਿਬ ਫੋਤ ਹੋ ਗਏ ਸੀਗੇ ਤੇ ਅੱਲਾ ਦਾ ਸ਼ੁਕਰ ਆ ਮਾਂ ਦੀਆਂ ਦੁਆਵਾਂ ਨਾਲ ਇੱਥੇ ਪੂਰੇ ਪੰਜਾਬ 'ਚ ਖੇਡਦੇ ਹਾਂਜੀ ਪੂਰੇ ਪੰਜਾਬ 'ਚ ਖੇਡਦੇ ਆ ਅਲਹਮਦੁਲਿਲਾ ਤੇ ਉੱਥੇ ਕਿਹੜੀ ਟੀਮ ਵੱਲੋਂ ਖੇਡਦੇ ਉੱਥੇ ਸ਼ੇਰੇ ਪੰਜਾਬ ਹੋਸ ਰਿਟਾਇਰ ਸ਼ੇਰੇ ਪੰਜਾਬ ਵੱਲੋਂ ਖੇਡਦੇ ਸਾਡਾ ਕਲੱਬ ਉਹ ਆ ਤੇ ਉਸਤਾਦ ਗੁਲਾਮ ਬਸ ਬੱਟ ਤੇ ਮਿੱਠੂ ਭਾਈ ਉਹਨਾਂ ਦਾ ਅਸੀਂ ਕਲੱਬ ਵੱਲੋਂ ਖੇਡਦੇ ਪ੍ਰੈਕਟਿਸ
ਬ੍ਰੈਕਸਿਟ ਅਸੀਂ ਆਪਣੇ ਪਿੰਡ ਕਰਦੇ ਤਿੰਬਲ ਬਾਜਵਾ ਸਾਡਾ ਇੰਟਰਨੈਸ਼ਨਲ ਪਲੇਅਰ ਸੀਗਾ ਸਟਾਰ ਸਾਡਾ ਤਿੰਬਲ ਬਾਜਵਾ ਉਹ ਉਹਦਾ ਪਿੰਡ ਆ ਮੇਰਾ ਅਤੇ ਉਸ ਪਿੰਡ ਦੇ ਹੀ ਅਸੀਂ ਉਹ ਉੱਥੇ ਖੇਡੀਦਾ ਅਤੇ ਡਾਇਟ ਜਿਹੜੀ ਜਿਹੜੀ ਲੱਭ ਜਾਵੇ ਜਿਹੜੀ ਚੀਜ਼ ਲੱਭ ਜਾਵੇ ਡਾਇਟ ਇਹੋ ਹੀ ਆ ਹਾਂਜੀ ਬਾਕੀ ਦੁੱਧ ਘਿਓ ਜਿਹੜਾ ਇਹ ਬੈਸਟ ਹਾਂਜੀ ਹਾਂਜੀ ਲਵੇਰਾ ਤਿੰਨ ਚਾਰ ਮੱਝਾਂ ਰੱਖੀਆਂ ਆਪਣੇ ਵਾਸਤੇ ਬਸ ਹਾਂਜੀ ਬਹੁਤ ਵਧੀਆ ਹਾਂਜੀ ਰਾਣਾ ਸਾਹਿਬ ਜੀ ਜੀ ਅਸਲਾਮ ਵਾਲੇਕੁਮ ਅਸਲਾਮ ਵਾਲੇਕੁਮ ਵਾਲੇਕੁਮ ਸਲਾਮ ਪਿੰਡ ਵਾਲੇ ਜੀ ਜੀ ਤਾਂ ਮਾਣ ਬਹੁਤ ਕਰਦੇ ਹੋਣਗੇ ਸਾਡੇ ਪਿੰਡ ਦਾ ਮੁੰਡਾ ਬਲੈਤ ਖੇਡਣ ਜਾਂਦਾ ਬਈ ਬਿਲਕੁਲ ਜੀ ਇਸੇ ਤਰ੍ਹਾਂ ਹੀ ਹੈ ਜੀ ਬਹੁਤ ਆਪਣਾ ਜਦੋਂ ਮੈਚ ਖੇਲ ਕੇ ਬਾਅਦ 'ਚੋਂ ਫੋਨ ਵੀ ਆਉਂਦੇ ਆ ਜੀ ਆਪਣਾ ਵਧਾਈਆਂ ਦਿੰਦੇ ਨੇ ਕਿ ਸਹੁਰੇ ਬਹੁਤ ਚੰਗਾ ਖੇਡੇ ਆ ਜੀ ਅਤੇ ਬਹੁਤ ਖੁਸ਼ੀ ਹੁੰਦੀ ਉਹਨਾਂ ਨੂੰ ਕਿ ਜਦੋਂ ਇੱਧਰ ਨਾਂ ਵੱਜਦਾ ਵਾ ਸਾਥ ਦਾ ਵੱਜਦਾ ਵਾ ਜਾਂ ਪਿੰਡ ਦਾ ਨਾਂ ਵੱਜਦਾ ਵਾ ਬਹੁਤ ਖੁਸ਼ੀ ਮਹਿਸੂਸ ਕਰਦੇ ਨੇ ਉਹ ਰਾਣਾ ਸਾਹਿਬ ਪਰਿਵਾਰਕ ਮੈਂਬਰ ਆ ਜਿਹੜੇ ਉਹਨਾਂ ਦਾ ਪੂਰਾ ਸਹਿਯੋਗ ਮਿਲਦਾ ਬਾਪੂ ਦਾ ਹਾਂਜੀ ਪਰਿਵਾਰਕ ਮੈਂਬਰਾਂ ਦਾ ਸਹਿਯੋਗ ਮਿਲਦਾ ਸਾਥ ਦਿੰਦੇ ਆ ਜੀ ਜੀ ਬਿਲਕੁਲ ਉਹਨਾਂ ਦੀ ਵਜ੍ਹਾ ਨਾਲ ਹੀ ਆਪਣੇ ਸਾਥ ਦੀ ਵਜ੍ਹਾ ਨਾਲ ਇੱਥੇ ਤੱਕ ਪਹੁੰਚੇ ਆ ਜੀ ਹਾਂਜੀ ਪਰਿਵਾਰ ਦੇ ਵਿੱਚ ਕੌਣ ਕੌਣ ਵਾਲਾ ਸਾਹਿਬ ਨੇ ਵਾਲਦਾ ਵਾ ਇੱਕ ਭਰਾ ਵਾ ਇੱਕ ਭੈਣ ਆ ਅੱਛਾ ਜੀ ਤੇ ਵਾਲਦ ਸਾਹਿਬ ਜਿਹੜੇ ਜਾਂ ਮਾਤਾ ਜੀ ਪੂਰਾ ਸਹਿਯੋਗ ਕਰਦੇ ਜੀ ਜੀ ਉਹ ਬਿਲਕੁਲ ਪੂਰਾ ਸ਼ੁਰੂ ਤੋਂ ਉਹਨਾਂ ਦੀਆਂ ਦੁਆਵਾਂ ਨਾਲ ਸਾਥ ਦੀਆਂ ਦੁਆਵਾਂ ਨਾਲ ਇੱਥੇ ਤੱਕ ਪਹੁੰਚੇ ਆ ਜੀ ਸ਼ੁਕਰੀਆ ਰਾਣਾ ਸਾਹਿਬ